ਸਿੱਖੀ ਅਵੇਅਰਨੈਸ ਫਾਊਂਡੇਸ਼ਨ ਉਹ ਸੰਸਥਾ ਹੈ ਜਿਹੜੀ ਕਿ ਭਾਰਤ ਦੇ ਵਿੱਚ ਜਾ ਕੇ ਗਰੀਬ ਬੱਚਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹਨਾਂ ਨੂੰ ਵਿੱਦਿਆ ਪ੍ਰਦਾਨ ਕੀਤੀ ਜਾਵੇ। ਇਸ ਕਰਕੇ ਤੁਹਾਡੇ ਸਹਿਯੋਗ ਨਾਲ 600 ਤੋਂ ਵੱਧ ਬੱਚੇ ਜਿਹੜੇ ਨੇ ਅਡੋਪਟ ਕੀਤੇ ਗਏ। ਉਸ ਤੋਂ ਇਲਾਵਾ ਬਹੁਤ ਸਾਰੇ ਕਮਿਊਨਿਟੀ ਡਿਵੈਲਪਮੈਂਟ ਪ੍ਰੋਜੈਕਟਸ ਪੰਜਾਬ ਵਿੱਚ, ਰਾਜਸਥਾਨ ਵਿੱਚ, ਮੱਧ ਪ੍ਰਦੇਸ਼, ਗੁਜਰਾਤ ਅਤੇ ਹੋਰ ਭਾਰਤ ਦੇ ਬਾਕੀ ਹਿੱਸਿਆਂ ਵਿੱਚ ਚੱਲ ਰਹੇ ਨੇ। ਉਸ ਦੇ ਵਿੱਚ ਭਾਵੇਂ ਕੱਚੇ ਘਰਾਂ ਨੂੰ ਪੱਕਾ ਕਰਨਾ ਹੋਏ ਜਾਂ ਵਾਟਰ ਫਿਲਟਰੇਸ਼ਨ ਪਲਾਂਟਸ ਲਾਉਣੇ ਹੋਣ ਜਾਂ ਕਿਸੇ ਹੋਰ ਕਿਸਮ ਦੀ ਮਦਦ ਦੇਣੀ ਹੋਏ, ਸਿੱਖੀ ਅਵੇਅਰਨੈਸ ਫਾਊਂਡੇਸ਼ਨ ਜੋ ਹੈ ਇਸ ਸਮੇਂ ਬਹੁਤ ਵੱਡਾ ਆਪਣਾ ਯੋਗਦਾਨ ਪਾ ਰਹੀ ਹੈ। ਇਸੇ ਦੇ ਫਲਸਰੂਪ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਹਰ ਸਾਲ ਇੱਕ ਯੂਥ ਨੂੰ ਭਾਰਤ ਭੇਜਿਆ ਜਾਏ ਤਾਂ ਕਿ ਉੱਥੇ ਜਾ ਕੇ ਬੱਚੇ ਜਿਹੜੇ ਨੇ ਕੁਝ ਸਿੱਖ ਸਕਣ। ਇਸੇ ਸੰਬੰਧ ਵਿੱਚ ਇੱਕ ਬੇਟੀ ਨੂੰ ਉੱਥੇ ਭੇਜਿਆ ਗਿਆ ਇਸ ਸਾਲ, ਜਿਹੜੇ ਕਿ ਉੱਥੇ ਕੁਝ ਸਮਾਂ ਲਾ ਕੇ ਆਏ ਨੇ। ਆ ਉਸ ਸੰਬੰਧ ਵਿੱਚ ਗੱਲਬਾਤ ਕਰਦੇ ਹਾਂ ਕੀ ਕੁਝ ਉੱਥੇ ਹੋਇਆ, ਇਹਨਾਂ ਨੇ ਕਿਸ ਤਰ੍ਹਾਂ ਉੱਥੇ ਜਾ ਕੇ ਟ੍ਰਾਂਸਫਰਮੇਸ਼ਨ ਇਹਨਾਂ ਦੇ ਵਿੱਚ ਆਈ, ਕੀ ਕੁਝ ਇਹਨਾਂ ਨੇ ਦੇਖਿਆ, ਕੀ ਕੰਮ ਕੀਤਾ ਜਾ ਰਿਹਾ ਹੈ, ਆਓ ਜਾਣਕਾਰੀ ਲੈਣੇ। ਜੀ ਹਾਂ, ਵੈਲਕਮ ਟੂ ਦ ਪ੍ਰੋਗਰਾਮ। ਕਿਹੜੀ ਗ੍ਰੇਡ 'ਚ ਬੈਠੇ ਤੁਸੀਂ? ਮੈਂ ਹੈਗੀ ਹਾਂ ਸੈਕਿੰਡ ਈਅਰ ਇਨ ਕੁਆਂਟਲਨ ਪੋਲੀਟੈਕਨਿਕ ਯੂਨੀਵਰਸਿਟੀ। ਓਕੇ, ਹਾਊ ਡਿਡ ਯੂ ਕਮ ਟੂ ਨੋ ਅਬਾਊਟ ਸਿੱਖੀ ਅਵੇਅਰਨੈਸ ਫਾਊਂਡੇਸ਼ਨ? ਮੈਂ ਵਾਲੰਟੀਅਰ ਕਰਨਾ ਬਹੁਤ ਲਾਈਕ ਕਰਦੀ ਹਾਂ, ਸੋ ਮੈਂ ਪਹਿਲਾਂ ਦੂਸਰੀ ਆਰਗਨਾਈਜੇਸ਼ਨਸ ਨਾਲ ਵਾਲੰਟੀਅਰ ਕਰਦੀ ਸੀ, ਬਟ ਆਫਟਰ ਜੁਆਇਨਿੰਗ ਸਟਾਫ ਮੈਨੂੰ ਪਤਾ ਲੱਗਿਆ ਕਿ ਨਾਨ ਪ੍ਰੋਫਿਟ ਸਿਰਫ ਵਾਲੰਟੀਅਰ ਨਹੀਂ, ਦੇਰ ਆਰ ਜੋਬ ਓਪਰਚੁਨਿਟੀਜ਼ ਟੂ। ਐਂਡ ਆਫਟਰ ਵਰਕਿੰਗ ਵਿਦ ਸਟਾਫ ਫੋਰ ਫਿਊ ਮੰਥਸ, ਮੈਨੂੰ ਸ਼ਮਨਦੀ ਵੀਰ ਜੀ ਨੇ ਓਪਰਚੁਨਿਟੀ ਦਿੱਤੀ ਕਿ ਤੁਸੀਂ ਇੰਡੀਆ ਜਾ ਕੇ ਵਾਲੰਟੀਅਰ ਅਬਰੋਡ ਕਰ ਸਕਦੇ ਹੋ। ਸੋ ਜਦੋਂ ਮੈਨੂੰ ਇਹ ਓਪਰਚੁਨਿਟੀ ਮਿਲੀ ਤਾਂ ਮੈਨੂੰ ਉੱਥੇ ਜਾ ਕੇ ਫੀਲ ਹੋਇਆ ਕਿ ਜਿਹੜੀਆਂ ਸਟੋਰੀਜ਼ ਆਪਾਂ ਫੈਮਿਲੀਜ਼ ਅਪਡੇਟਸ ਪੜ੍ਹਦੇ ਸੀਗੇ, ਸੋ ਮੈਂ ਉਹਨਾਂ ਨੂੰ ਰੀਅਲ ਲਾਈਫ 'ਚ ਦੇਖ ਸਕਦੀ ਸੀਗੀ ਐਂਡ ਰਿਲੇਟ ਕਰ ਸਕਦੀ ਸੀ ਕਿ ਇਹ ਐਕਚੁਅਲ 'ਚ ਇਹੀ ਸਟੋਰੀਜ਼ ਹੈਗੀਆਂ ਨੇ। ਸੋ ਤੁਸੀਂ ਉੱਥੇ ਕਿੰਨਾ ਸਮਾਂ ਲਾਇਆ ਤੇ ਕਿੱਥੇ ਕਿੱਥੇ ਗਏ? ਸੋ ਮੈਂ ਉੱਥੇ 13 ਡੇਜ਼ ਵਾਸਤੇ ਗਈ ਸੀਗੀ। ਸੋ ਫਸਟ 10 ਡੇਜ਼ ਅਸੀਂ ਸੀਗੇ ਮੱਧ ਪ੍ਰਦੇਸ਼ ਇਨ ਫੋਰੈਸਟ ਏਰੀਆ ਸੀਗਾ ਉਹ ਪਾਸ਼ੋਰੀ। ਓਕੇ, ਹਾਂਜੀ। ਸੋ ਉੱਥੇ ਆਪਾਂ ਨੂੰ 2 ਆਵਰਸ ਲੱਗਦੇ ਸੀਗੇ ਫਰੋਮ ਦਾ ਗੁਰਦੁਆਰਾ ਜਿੱਥੇ ਅਸੀਂ ਸਟੇ ਕੀਤਾ ਸੀ, ਐਂਡ 3 ਡੇਜ਼ ਅਸੀਂ ਰਹੇ ਸੀਗੇ ਅਲਵਰ ਰਾਜਸਥਾਨ 'ਚ। ਸੋ ਇਹਦੇ ਵਿੱਚ ਜਿਹੜਾ ਤੁਸੀਂ ਮੱਧ ਪ੍ਰਦੇਸ਼ ਵਿੱਚ ਇੱਕ ਬੜਾ ਡਿਫਰੈਂਟ ਐਕਸਪੀਰੀਅੰਸ, ਜਿੱਥੇ ਕੈਨੇਡਾ ਦੇ ਵਿੱਚ ਆਲ ਦ ਲਗਜ਼ਰੀਜ਼ ਜਿਹੜੀਆਂ ਇੱਥੇ ਹੈਗੀਆਂ, ਪਰ ਉੱਥੇ ਜਾ ਕੇ ਲੋਕਾਂ ਕੋਲ ਬੇਸਿਕ ਨੈਸੈਸਿਟੀ ਜਿਹੜੀਆਂ ਉਹ ਵੀ ਨਹੀਂ ਮਿਲਦੀਆਂ ਕਈ ਵਾਰ। ਸੋ ਇਹ ਜਿਹੜੇ ਪਿੰਡ ਸਨ ਜਿੱਥੇ ਤੁਸੀਂ ਗਏ, ਇੱਥੇ ਕੀ ਸਿੱਖਲੀ ਘਰ ਸਿੱਖ ਹੈਗੇ ਸਨ ਜਿੱਥੇ ਗਏ ਕਿ ਕੌਣ ਹੈਗੇ ਸਨ ਉਹ ਲੋਕ? ਹਾਂਜੀ, ਸੋ ਜਿਹੜਾ ਆਪਾਂ ਪਿੰਡ ਅਡੋਪਟ ਕੀਤਾ ਹੋਇਆ ਆ ਫਰੋਮ ਸੈਫ ਇੰਟਰਨੈਸ਼ਨਲ ਉਹ ਹੈਗਾ ਪਾਸ਼ੋਰੀ, ਜਿਹਦੇ ਵਿੱਚ ਸਿੱਖਲੀਕਰ ਸਿੱਖਸ ਦੀ ਕਮਿਊਨਿਟੀ ਆ। ਸੋ ਉਹਦੇ 'ਚ 75 ਤੋਂ ਵੱਧ ਹੈਗੇ ਆ ਪਰਿਵਾਰ ਜਿਹੜੇ ਸਿਰਫ ਸਿੱਖਲੀਕਰ ਸਿੱਖਦੇ ਨੇ। ਸੋ ਉਹਨਾਂ ਦੀ ਜਿਹੜੀ ਹਾਊਸਿਸ ਨੇ ਉਹ ਕੱਚੇ ਨੇ, ਐਂਡ ਬਟ ਜਿਹੜਾ ਉਹਨਾਂ ਦਾ ਗੁਰਦੁਆਰਾ ਸਾਹਿਬ ਹੈਗਾ ਆ ਉਹ ਪੱਕਾ ਆ, ਸੋ ਉਹ ਬ੍ਰਿਕਸ ਨਾਲ ਬਣਿਆ ਹੋਇਆ ਆ, ਅਤੇ ਜਿਹੜੇ ਉਹਨਾਂ ਦੇ ਆਪਣੇ ਘਰ ਹੈਗੇ ਆ ਉਹ ਹੈਗੇ ਆ ਸਾਰੇ ਮੱਡ ਨਾਲ ਬਣੇ ਹੋਏ। ਸੋ ਜਦੋਂ ਤੁਸੀਂ ਉੱਥੇ ਗਏ ਉਹਨਾਂ ਦੇ ਵਿੱਚ ਭਾਵੇਂ ਪੈਸਾ ਉਹਨਾਂ ਕੋਲ ਨਹੀਂ ਹੈਗਾ, ਬਟ ਉਹਨਾਂ ਦਾ ਪਿਆਰ ਸਿੱਖੀ ਨਾਲ ਬਹੁਤ ਨਜ਼ਰ ਆਉਂਦਾ ਜੋ ਅਸੀਂ ਸੁਣਦੇ ਹਾਂ। ਹਾਂਜੀ, ਤੁਹਾਡਾ ਕੀ ਐਕਸਪੀਰੀਅੰਸ ਰਿਹਾ ਜਦੋਂ ਤੁਸੀਂ ਉਹਨਾਂ ਕੋਲ ਗਏ ਮਿਲਣ ਨੂੰ? ਕਿਉਂਕਿ ਆਮ ਤੌਰ ਦੇ ਉੱਤੇ ਕੰਪਲੇਂਟਸ ਹੀ ਹੁੰਦੀਆਂ ਕਿ ਜੀ ਸਾਡੇ ਕੋਲ ਇਹ ਨਹੀਂ ਹੈਗਾ, ਉਹ ਨਹੀਂ ਹੈਗਾ। ਹਾਂਜੀ, ਵਾਟ ਵਾਜ਼ ਯੋਰ ਐਕਸਪੀਰੀਅੰਸ ਬੀਇੰਗ ਵਿਦ ਦੈਮ? ਸੋ ਫਸਟ ਆਫ ਆਲ, ਲਾਈਕ ਬੀਇੰਗ ਅ ਫੀਮੇਲ, ਤੁਹਾਨੂੰ ਮਹਿਸੂਸ ਨਹੀਂ ਹੁੰਦਾ ਕਿ ਕੁਛ ਸੇਫ ਨਹੀਂ ਗਾ। ਸੋ ਕਮਿਊਨਿਟੀ ਉਹਨਾਂ ਦੀ ਬਹੁਤ ਸੇਫ ਹੈਗੀ ਆ, ਐਂਡ ਉਹ ਬਹੁਤ ਵੈਲਕਮਿੰਗ ਹੈਗੇ ਨੇ। ਸੋ ਤੁਹਾਡਾ ਜਿਵੇਂ ਫਰੈਂਡਲੀ ਹੈਗੇ ਆ ਤੁਹਾਡੇ ਨਾਲ, ਸੋ ਤੁਹਾਨੂੰ ਜਿਵੇਂ ਦੱਸਦੇ ਨੇ ਕਿ ਸਾਨੂੰ ਇਹ ਪ੍ਰੋਬਲਮ ਹੈਗੀ ਆ, ਬਟ ਔਨ ਦਾ ਅਦਰ ਹੈਂਡ ਕਿ ਉਹ ਬਹੁਤ ਹੀ ਜਿਵੇਂ ਖੁਸ਼ਦਿਲ ਹੈਗੇ ਨੇ, ਸੋ ਆਲਵੇਜ਼ ਸਮਾਈਲਿੰਗ ਨੇ, ਅਤੇ ਯਾ ਸੋ ਵਧੀਆ ਆ। ਰਾਈਟ, ਐਂਡ ਉਸ ਤੋਂ ਬਾਅਦ ਤੁਸੀਂ ਅਲਵਰ ਗਏ, ਅਲਵਰ ਦੇ ਵਿੱਚ ਵੀ ਬੱਚੇ ਜਿਹੜੇ ਹੈਗੇ ਨੇ ਉੱਥੇ ਉਹਨਾਂ ਨੂੰ ਪੜ੍ਹਾਇਆ ਜਾਂਦਾ ਹੈ, ਬਹੁਤ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕੀਤਾ ਗਿਆ ਸਾਫ ਵੱਲੋਂ, ਉੱਥੋਂ ਦਾ ਕਿਹੋ ਜਿਹਾ ਐਕਸਪੀਰੀਅੰਸ ਰਿਹਾ? ਉੱਥੋਂ ਦਾ ਵੀ ਬਹੁਤ ਵਧੀਆ ਐਕਸਪੀਰੀਅੰਸ ਸੀਗਾ। ਆਪਾਂ ਨਾਨ ਪ੍ਰੋਫਿਟ ਸਕੂਲ ਜਿਹੜਾ ਹੈਗਾ ਫਰੋਮ ਸੈਫ ਇੰਟਰਨੈਸ਼ਨਲ ਉੱਥੇ ਗਏ, ਸੋ ਉੱਥੋਂ ਦੇ ਕਿਡਸ ਨੂੰ ਦੇਖ ਕੇ ਤੁਹਾਨੂੰ ਸੈਟਿਸਫੈਕਸ਼ਨ ਹੁੰਦੀ ਆ ਕਿ ਜਿਹੜੇ ਡੋਨਰਸ ਐਂਡ ਸਪੋਂਸਰਸ ਇੱਥੋਂ ਤੁਹਾਨੂੰ ਡੋਨੇਟ ਕਰਦੇ ਆ, ਸੋ ਉਹਨਾਂ ਦੀ ਜਿਹੜੀ ਮਨੀ ਆ ਉਹ ਰਾਈਟ ਥਾਂ 'ਤੇ ਜਾਂਦੀ ਹੈ, ਐਂਡ ਤੁਹਾਨੂੰ ਇੱਕ ਸੈਟਿਸਫੈਕਸ਼ਨ ਹੁੰਦੀ ਹੈ ਕਿ ਜਿਹੜੀ ਉਹ ਅਮਾਊਂਟ ਡੋਨੇਟ ਕਰਦੇ ਹੋ ਉਹ ਉਸ ਪਲੇਸ 'ਤੇ ਜਾਂਦੀ ਹੈ ਜਿੱਥੋਂ ਤੁਸੀਂ ਬਿਲੋਂਗ ਕਰਦੇ ਹੋ, ਤੁਹਾਡੇ ਫਾਦਰਸ ਫੋਰ ਫਾਦਰਸ ਜਿਹੜੀ ਲੈਂਡ ਨੂੰ ਬਿਲੋਂਗ ਕਰਦੇ ਹੋ ਉਹ ਐਕਚੁਅਲ 'ਚ ਉੱਥੇ ਜਾ ਰਹੀ ਹੈ। ਰਾਈਟ, ਸੋ ਬਟ ਇੱਥੇ ਜਦੋਂ ਤੁਸੀਂ ਸੁਣਦੇ ਸੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਬਟ ਇਨ ਪ੍ਰੈਕਟਿਸ ਉੱਥੇ ਜਾ ਕੇ ਜੋ ਕੁਝ ਤੁਸੀਂ ਦੇਖਿਆ, ਵਾਟ ਕਾਈਂਡ ਆਫ ਟ੍ਰਾਂਸਫਰਮੇਸ਼ਨ ਹੈਜ਼ ਕਮ ਇਨ ਯੂ? ਤੁਹਾਡੇ 'ਚ ਕੀ ਚੇਂਜਸ ਤੁਸੀਂ ਆਪ ਮਹਿਸੂਸ ਕਰਦੇ? ਮੇਰੇ 'ਚ ਪੋਜ਼ਿਟਿਵਿਟੀ ਬਹੁਤ ਆਈ, ਸੋ ਜਿਵੇਂ ਮੇਰਾ ਹਰੇਕ ਚੀਜ਼ ਨੂੰ ਦੇਖਣ ਦਾ ਨਜ਼ਰੀਆ ਬਦਲ ਗਿਆ। ਸੋ ਉਹਨਾਂ ਨੂੰ ਜਾ ਕੇ ਫੀਲ ਹੋਇਆ, ਉਹਨਾਂ ਨੂੰ ਮਿਲ ਕੇ, ਕਿ ਜਿਹੜੀ ਆਪਾਂ ਇੱਥੇ ਚੀਜ਼ਾਂ ਕਹਿੰਦੇ ਹਾਂ ਕਿ ਓਕੇ ਆਹ ਮੇਰੇ ਕੋਲ ਹੈ ਨਹੀਂ ਗਾ, ਸੋ ਉਹਨਾਂ ਨੂੰ ਦੇਖ ਕੇ ਆਪਾਂ ਨੂੰ ਇਹ ਫੀਲ ਹੋਇਆ ਕਿ ਉਹਨਾਂ ਕੋਲ ਜੋ ਆਪਣੇ ਕੋਲ ਬੇਸਿਕ ਨੈਸੈਸਿਟੀਜ਼ ਹੈਗੀਆਂ ਉਹ ਉਹਨਾਂ ਕੋਲ ਵੀ ਨਹੀਂ ਹੈਗੀਆਂ, ਬਟ ਸਟਿਲ ਦੇ ਆਰ ਵੈਰੀ ਸੈਟਿਸਫਾਈਡ। ਸੋ ਯਾ, ਸੋ ਪੋਜ਼ਿਟਿਵ ਐਟੀਟਿਊਡ ਬਹੁਤ ਆਇਆ, ਐਂਡ ਸਾਰਿਆਂ ਨੂੰ ਮਿਲਣ ਦਾ
ਬਿਹੇਵੀਅਰ ਚੇਂਜ ਆਇਆ ਮੇਰੇ 'ਚ ਸੋ ਉਹਨਾਂ ਤੋਂ ਸਿੱਖਿਆ ਕਿ ਨਿਮਰਤਾ ਸੋ ਉਹ ਸਾਰੀਆਂ ਚੀਜ਼ਾਂ ਅਡੋਪਟ ਕੀਤੀਆਂ ਵੈਰੀ ਗੁੱਡ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਹੋਰ ਵੀ ਹੈਗੀਆਂ ਜਿਹੜੀਆਂ ਕੰਮ ਕਰਦੀਆਂ ਬਟ ਤੁਸੀਂ ਸੈਫ ਨੂੰ ਚੁਣਿਆ ਹਾਂਜੀ ਵਟ ਵੁੱਡ ਬੀ ਯੋਰ ਮੈਸੇਜ ਟੂ ਦ ਯੰਗਸਟਰ ਸਪੈਸ਼ਲੀ ਵਾਈ ਦੇ ਸ਼ੁੱਡ ਆਲਸੋ ਬਿਕਮ ਅ ਪਾਰਟ ਆਫ ਸੈਫ ਐਂਡ ਵਟ ਚੇਂਜ ਦੇ ਕੈਨ ਨੋਟ ਓਨਲੀ ਬਰਿੰਗ ਇਨ ਦੈਮਸੈਲਵਸ ਬਟ ਆਲਸੋ ਕਾਈਂਡ ਆਫ ਬਰਿੰਗ ਦੈਟ ਚੇਂਜ ਵਟ ਦੇ ਵਾਂਟ ਇਨ ਦ ਸੋਸਾਇਟੀ ਆਲਸੋ ਸੋ ਮੈਂ ਸਾਰੇ ਯੂਥ ਨੂੰ ਵੀ ਐਨਕਰੇਜ ਕਰੂੰਗੀ ਕਿ ਬੀਂਗ ਅ ਸਿੱਖ ਬੀਂਗ ਜਿਵੇਂ ਤੁਹਾਡੇ ਫਾਦਰਸ ਫੋਰ ਫਾਦਰਸ ਫਰੋਮ ਇੰਡੀਆ ਤੁਸੀਂ ਸੈਫ ਇੰਟਰਨੈਸ਼ਨਲ ਜੁਆਇਨ ਕਰੋ ਤਾਂ ਕਿ ਤੁਸੀਂ ਉਸ ਲੈਂਡ 'ਤੇ ਚੇਂਜ ਲਿਆ ਸਕੋ ਜਿੱਥੋਂ ਤੁਸੀਂ ਐਕਚੁਅਲ 'ਚ ਬਿਲੋਂਗ ਕਰਦੇ ਹੋ ਐਂਡ ਮੈਂ ਸਾਰਿਆਂ ਨੂੰ ਐਨਕਰੇਜ ਕਰੂੰਗੀ ਕਿ ਤੁਸੀਂ ਵਾਲੰਟੀਅਰ ਕਰੋ ਐਂਡ ਆਫਟਰ ਵਿਜ਼ਿਟਿੰਗ ਇੰਡੀਆ ਮੈਂ ਇਨਸ਼ੋਰ ਕਰ ਸਕਦੀ ਹਾਂ ਕਿ ਸੇਫਟੀ ਐਂਡ ਸਪੋਰਟ ਉੱਥੇ ਤੁਹਾਨੂੰ ਬਹੁਤ ਮਿਲੇਗੀ ਸੋ ਤੁਹਾਡੀ ਜਿਹੜੀ ਇੰਡੀਆ ਦੀ ਟੀਮ ਹੈਗੀ ਉਹ ਆਲਵੇਜ਼ 24/7 ਤੁਹਾਡੇ ਨਾਲ ਹੋਊਗੀ ਇਨਸ਼ੋਰਿੰਗ ਯੋਰ ਸੇਫਟੀ ਯੋਰ ਫੂਡ ਜਿਹੜਾ ਵੀ ਤੁਹਾਨੂੰ ਚਾਹੀਦਾ ਆ ਐਂਡ ਪਲੱਸ ਤੁਹਾਡੀ ਅਕੋਮੋਡੇਸ਼ਨਸ ਅਤੇ ਜੇਕਰ ਲੋਕਲ ਵੀ ਇਨਵੋਲਵ ਹੋਣਾ ਚਾਹੁਣ ਕਈ ਵਾਰੀ ਨਹੀਂ ਜਾਣਾ ਚਾਹੁੰਦੇ ਇੰਡੀਆ ਇੱਥੇ ਵੀ ਇਨਵੋਲਵ ਹੋਣਾ ਚਾਹੁਣ ਕਿ ਉਹ ਵੀ ਹੋ ਸਕਦਾ ਹਾਂਜੀ ਸੋ ਆਪਣੇ ਕੋਲ ਹੋਰ ਓਪਰਚੁਨਿਟੀਜ਼ ਹੈਗੀਆਂ ਫੰਡਰੇਜ਼ਿੰਗ ਈਵੈਂਟਸ ਹੁੰਦੇ ਆ ਐਂਡ ਸਪੈਸ਼ਲ ਈਵੈਂਟਸ ਹੁੰਦੇ ਆ ਐਂਡ ਗੁਰਦੁਆਰਾ ਸਾਹਿਬ 'ਚ ਹੁੰਦੇ ਆ ਸੋ ਤੁਸੀਂ ਉੱਥੇ ਸਾਨੂੰ ਜੁਆਇਨ ਕਰ ਸਕਦੇ ਹੋ ਪਲੱਸ ਆਪਾਂ ਨੂੰ ਆਫਿਸ 'ਚ ਵਾਲੰਟੀਅਰਸ ਚਾਹੀਦੇ ਹੁੰਦੇ ਆ ਜੋ ਕਿ ਡਾਟਾ ਐਂਟਰੀ ਐਂਡ ਇਨ ਅਕਾਊਂਟਿੰਗ ਸੋ ਤੁਸੀਂ ਉਹ ਸਾਰੇ ਪੋਜੀਸ਼ਨਸ ਲਈ ਅਪਲਾਈ ਕਰ ਸਕਦੇ ਹੋ ਸੋ ਇਹਦੇ ਵਾਸਤੇ ਕਿਹੜੀ ਤੁਹਾਡੀ ਵੈਬਸਾਈਟ ਹੈ ਜਾਂ ਫੋਨ ਨੰਬਰ ਜਿੱਥੇ ਤੁਹਾਨੂੰ ਕੰਟੈਕਟ ਕੀਤਾ ਹਾਂਜੀ ਸੋ ਆਪਣਾ ਵਾਲੰਟੀਅਰ ਟੈਬ ਹੈਗਾ ਔਨ ਆਰ ਵੈਬਸਾਈਟ www.safinternational.org ਔਰ ਤੁਸੀਂ ਸਾਡੇ ਆਫਿਸ 'ਚ ਆ ਸਕਦੇ ਹੋ ਐਡਰੈਸ ਹੈਗਾ ਯੂਨਿਟ ਨੰਬਰ 201-838-128 ਸਰੀ ਐਂਡ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 604-572-5577 ਵੰਡਰਫੁਲ ਬਟ ਇਟਸ ਅ ਮੈਟਰ ਆਫ ਗ੍ਰੇਟ ਪ੍ਰਾਈਡ ਦੈਟ ਵੀ ਹੈਵ ਯੰਗਸਟਰਸ ਲਾਈਕ ਯੂ ਜਿੱਥੇ ਇੱਕ ਪਾਸੇ ਅਸੀਂ ਆਪਣੀ ਕਮਿਊਨਿਟੀ ਦੀ ਜਦੋਂ ਗੱਲ ਕਰਦੇ ਹਾਂ ਕਈ ਵਾਰੀ ਅਸੀਂ ਗੈਂਗਸ ਦਾ ਵਾਇਲੈਂਸ ਦੀ ਗੱਲ ਕਰਦੇ ਹਾਂ ਬਟ ਆਲਸੋ ਵੀ ਐਗਜ਼ਾਮਪਲਸ ਲਾਈਕ ਯੂ ਜਿਹੜੇ ਕਿ ਤੁਸੀਂ ਆਪਣਾ ਸਮਾਂ ਕੱਢ ਕੇ ਜਾ ਕੇ ਸੋਸਾਇਟੀ ਵਿੱਚ ਚੇਂਜ ਲਿਆਉਣ ਲਈ ਤਤਪਰ ਹੈਗੇ ਹੋ ਕੰਗਰੈਚੁਲੇਸ਼ਨਸ ਐਂਡ ਬੈਸਟ ਵਿਸ਼ਸ ਥੈਂਕ ਯੂ